अस्सलाम वालेकुम जी, किदां हो? ठीक हो? फिट हो? टैट हो? उम्मीद करांगा सारे वीर भैन भरा मित्र बेली ते सहेली इंज होणगे ते डंडा सर्वा सारे छकोंगे बई। मित्रां ने वेख्या होणा कि कम अज कम बई जू मतलब बई सिद्धू मूसे वाले गए ने तकरीबन, भावें चलो लाकड़ा आकड़ा जो भी चलता है जिवें भी हिसाब किताब ही, बाकी वीडियो रिएक्शन नहीं दिल ही नहीं सी मानता हैगा। रिएक्शन नहीं ऐसा बनाया यार सर। लाए भाई दा, ओहदे ते वी पाया सी मतलब भाई दी डैथ दी वीडियो वेख, रिएक्शन मतलब वेख के की बंदा पावे यार, रिएक्शन कोई समझ नहीं सी आउंदी हैगी कि की रिएक्शन पाईए। ਅਤੇ ਇਸ ਬਾਈ ਵੱਲ ਤਾਂ ਕੀਤਾ ਸੀ ਸੌਂਗ ਰਿਐਕਸ਼ਨ ਜਿਹੜਾ ਸੀ ਮਤਲਬ, ਹੁਣ ਅੱਜ ਫਿਰ ਬਾਈ ਦਾ ਗਾਣਾ ਆਇਆ ਵਾਰ, ਅਤੇ ਰੱਬੀ ਸੱਜਣ ਵੀ ਅੱਜ ਹੀ ਆਇਆ। ਵੇਖੋ ਤੁਸੀਂ ਕਿੱਡਾ ਮੁਕਦਰਾਂ ਵਾਲਾ ਕੰਮ ਹੈ ਕਿ ਸੱਜਣ ਵੀ ਅੱਜ ਹੀ ਆਇਆ ਅਤੇ ਰਿਐਕਸ਼ਨ ਗਾਣਾ ਵੀ ਅੱਜ ਹੀ ਆਇਆ ਅਤੇ ਰਿਐਕਸ਼ਨ ਵੀ ਅੱਜ ਹੀ ਘਰੇ ਵੀ ਆਏਗਾ। ਨਹੀਂ ਵੜਨ ਦਿੱਤਾ ਕਿ ਪਹਿਲਾਂ ਬਾਈ ਦਾ ਗਾਣਾ ਆਇਆ ਉਹਦੇ 'ਤੇ ਉਹ ਤਾਂ ਰਿਐਕਸ਼ਨ ਦੇ ਕਰਾਂਗੇ ਅਤੇ ਫਿਰ ਫਿਰ ਘਰੇ ਜਾਵੀਂ, ਅਤੇ ਮੈਂ ਅੱਛਾ ਯਾਰ ਪਤਾ ਨਹੀਂ ਕੀ ਗੱਲ ਆ, ਮਤਲਬ ਜੂੰ ਬਾਈ ਸਿੱਧੂ ਮੂਸੇਵਾਲਾ ਦਾ ਮਤਲਬ ਡੈਥ ਹੋਈ ਹੈ ਨਾ, ਵੀਡੀਓ ਬਣਾਉਣ ਨੂੰ ਉਹ ਦਿਲ ਜਿਹੜਾ ਨਹੀਂ ਕਰਦਾ ਦਿਲ ਜਿਹਾ ਨਹੀਂ ਮਤਲਬ ਨਹੀਂ ਮੰਨਦਾ ਹੀ ਨਹੀਂ ਹੈਗਾ। ਰਿਐਕਸ਼ਨ ਹੈ ਕਿਉਂਕਿ ਮੈਂ ਦੱਸਣ ਦੇ ਪਿੱਛੇ ਬਹੁਤ ਵੱਡਾ ਰੀਜ਼ਨ ਹੈ, ਕਿਉਂਕਿ ਅਸੀਂ ਸਟਾਰਟ ਤੋਂ ਸਿੱਧੂ ਮੂਸੇਵਾਲੇ ਬਾਈ ਦੇ ਇੰਨੇ ਕੁ ਗਾਣੇ ਮਿਸ ਕੀਤੇ, ਇੰਨੇ ਕੁ ਗਾਣੇ ਮਿਸ ਕੀਤੇ ਲੋਕਾਂ ਦੀ ਮਿਸ ਗਾਈਡੈਂਸ ਦੀ ਵਜ੍ਹਾ ਤੋਂ, ਕਿ ਉਹ ਜਿਹੜੇ ਹੁੰਦੇ ਸੀ ਪਹਿਲੇ ਕਹਿੰਦੇ ਸੀ ਇਹ ਯੂਥ ਨੂੰ ਖਰਾਬ ਕਰਦਾ, ਅਤੇ ਉਹ ਉਹਨਾਂ ਦੀਆਂ ਗੱਲਾਂ 'ਚ ਅਸੀਂ ਵੀ ਆਏ ਸੀ ਕਿਸੇ ਵਕਤ ਦੇ ਵਿੱਚ, ਅਤੇ ਜਦੋਂ ਉਹ ਇਸ ਦੁਨੀਆ ਤੋਂ ਚਲਾ ਗਿਆ ਕਦਰ ਉਦੋਂ ਪਤਾ ਲੱਗੀ ਕਿ ਲੈਜੰਡ ਕੀ ਹੁੰਦਾ। ਔਰ ਉਸ ਤੋਂ ਬਾਅਦ 'ਚੋਂ ਆਖਰੀ ਗਾਣਾ ਬਾਈ ਸਿੱਧੂ ਮੂਸੇਵਾਲੇ ਦਾ SYL, ਉਹ 'ਤੇ ਇਹਨੇ ਰਿਐਕਸ਼ਨ ਪਾਇਆ ਸੀਗਾ। ਉਸ ਤੋਂ ਬਾਅਦ ਰਿਐਕਸ਼ਨ ਇੱਕ ਵੀ, ਮੇਰਾ ਚੈਨਲ ਖੋਲ੍ਹ ਕੇ ਵੇਖ ਲਓ, ਇੱਕ ਵੀ ਰਿਐਕਸ਼ਨ ਅਪਲੋਡ ਨਹੀਂ ਹੋਇਆ। ਔਰ ਅੱਜ ਫਿਰ ਮੂਸੇਵਾਲੇ ਬਾਈ ਦਾ ਗਾਣਾ ਆਇਆ ਤਾਂ ਰਿਐਕਸ਼ਨ ਆ ਗਿਆ। ਵਾਰ ਠੀਕ ਹੈ, ਅਤੇ ਅੱਜ ਗਾਣਾ ਸ਼ੁਰੂ ਕਰਦੇ ਹਾਂ, ਵਹਿੰਦੇ ਹਾਂ ਕੀ ਗੱਲਬਾਤ ਹੋਈ ਇਹਦੇ 'ਚ, ਅਤੇ ਮੂਸੇਵਾਲਾ ਬਾਈ ਨੂੰ ਸਲੂਟ ਹੈ ਯਾਰ, ਜਿੱਥੇ ਵੀ ਇਹ ਰੱਬ ਖੁਸ਼ ਰੱਖੇ ਜਨਤਾ 'ਚ ਹੀ ਰਹੇਗਾ। ਅਤੇ ਗਾਣਾ ਦੇਖਦੇ ਹਾਂ, ਬਾਕੀ ਗੱਲ ਬਾਅਦ 'ਚ ਕਰਦੇ ਹਾਂ। ਗੈਟ ਸ਼ੁਰੂ ਦੀ ਸ਼ੁਰੂ ਕਰ ਰਿਓ ਸ਼ੇਰਾ ਲੋਗੋ ਥੋੜ੍ਹਾ ਵੱਡਾ ਨਹੀਂ ਲੱਗਦਾ ਪਿਆ? ਐਡੀਟਿੰਗ 'ਚ ਫਰਕ ਨਾ ਥੋੜ੍ਹਾ ਜਿਹਾ, ਹੋਰ ਬੰਦੇ ਦੀ ਹੈ ਸਿਰ ਤਾਂ ਰੱਖ ਮੇਰੇ ਬਾਹਰ ਜੀ ਹੁੰਦਾ। ਹਰੀ ਸਿੰਘ ਜੀ ਤੇ ਹਰੀ ਸਿੰਘ ਨਲਵਾ ਦਰਸ਼ਨੀ ਬਰ ਦਰਸ਼ਨੀ ਸ਼ਾਨ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਮਿਊਜ਼ਿਕ ਦੀ ਮੈਂ ਨਾ ਇੱਕ ਮਿੰਟ ਐਂਡ ਕਰ ਛੜੀ ਹੈ ਯਾਰ, ਮਿਊਜ਼ਿਕ ਵਾਲੇ ਨੇ ਮਿਊਜ਼ਿਕ ਮੈਨੂੰ ਬਹੁਤ ਘੈਂਟ ਲੱਗ ਰਿਹਾ, ਕਿਉਂਕਿ ਪੁਰਾਣੀਆਂ ਗੱਲਾਂ ਨੂੰ ਨਵੀਂ ਲੈ 'ਚ ਬਿਆਨ ਕਰਨਾ ਸਿਰਫ ਮੂਸੇਵਾਲਾ ਜਾਣਦਾ। ਇਵੇਂ ਗੱਲ ਹੈ, ਕੋਈ ਸ਼ੱਕ ਹਰ ਦੌਰ ਦੇ ਵਿੱਚ ਉਹਨੇ ਆਪਣੇ ਆਪ ਨੂੰ ਇਸ ਤਰ੍ਹਾਂ ਅੱਗੇ ਸ਼ੋਅ ਕੀਤਾ ਨਾ ਕਿ ਕੋਈ ਚੀਜ਼ ਪੁਰਾਣੀ ਪੁਰਾਣੀ ਨਹੀਂ ਲੱਗਣ ਦੇ ਲੱਗਣ ਦੇਵਾਂਗੇ। ਸੋਹਣਾ ਮਿਊਜ਼ਿਕ, ਵੀਡੀਓ 'ਚ ਥੋੜ੍ਹੀ ਬਹੁਤ ਕੰਪਰੋਮਾਈਜ਼ ਕਰਨਾ ਚਾਹੀਦਾ ਸੀ, ਵੀਡੀਓ ਉਹਨਾਂ ਨੇ ਮਤਲਬ ਕਿ ਖਾਸ ਨਹੀਂ ਦਿੱਤੀ। ਚਲੋ ਅੱਗੇ ਦੇਖਦੇ ਹਾਂ। ਕੰਬਦੇ ਖਾਣ ਪਠਾਣ, ਇੱਕ ਮਿੰਟ ਇੱਕ ਮਿੰਟ ਇੱਕ ਮਿੰਟ, ਇੱਥੇ ਮੈਂ ਤੁਹਾਨੂੰ ਸਹੀ ਕਿਹੜੀ ਗੱਲ ਕੀਤੀ ਹੈ ਸੁਥਰਾ ਵਾਲੀ। ਹਰੀ ਸਿੰਘ ਨਲਵਾ ਜੀ ਦਾ ਇੰਨਾ ਖੌਫ ਹੁੰਦਾ ਸੀ, ਕਿਸੇ ਦੌਰ 'ਚ ਮੈਂ ਪੜ੍ਹਿਆ ਹੈ ਹਿਸਟਰੀ ਉਹਨਾਂ ਦੀ ਬਾਰੇ ਨਾ, ਜਿਹੜੇ ਅਫਗਾਨੀ ਪਠਾਣ ਸਨ ਨਾ ਅਫਗਾਨਿਸਤਾਨ, ਹਾਂ ਹਰੀ ਸਿੰਘ ਨਲਵਾ ਜੀ ਔਰਤਾਂ ਦੀ ਬੜੀ ਇੱਜ਼ਤ ਕਰਦੇ ਸਨ, ਤੇ ਬੜੇ ਮਤਲਬ ਸੁਣੀ ਮੈਂ ਵੀ ਹਿਸਟਰੀ ਪੜ੍ਹੀ ਮਤਲਬ ਔਰਤਾਂ ਦੀ ਬਹੁਤ ਇੱਜ਼ਤ ਕਰਦੇ ਸਨ। ਉਹਨਾਂ ਨੇ ਇੱਕ ਦਫਾ ਸਿੱਖਾਂ ਨੂੰ ਇੰਨਾ ਡਰਾਤਾ ਸੀ ਨਾ, ਸਿੱਖਾਂ ਨੇ ਪਠਾਣਾਂ ਨੂੰ ਮਤਲਬ ਅਫਗਾਨੀਆਂ ਨੂੰ ਮਤਲਬ ਡਰ ਡਰ ਕੇ ਅਫਗਾਨੀ ਜਿਹੜੇ ਨੇ ਕੁੜੀਆਂ ਦੀਆਂ ਸਲਵਾਰਾਂ ਪਾ ਕੇ ਤੇ ਨੱਠ ਜਾਂਦੇ ਹੁੰਦੇ ਹਨ ਕਿ ਸਾਨੂੰ ਔਰਤਾਂ ਸਮਝ ਕੇ ਛੱਡ ਦੇਣਗੇ, ਅਸੀਂ ਬੰਦੇ ਨਾਲ ਲੱਗਾਂਗੇ, ਇਹ ਖੌਫ ਹੁੰਦਾ ਸੀ ਉਦੋਂ। ਤੇ ਅੱਜ ਅਸੀਂ ਫੈਸ਼ਨ ਦੇ ਤੌਰ ਤੇ ਅਫਗਾਨੀ ਸਲਵਾਰ ਨਾ ਸਵਾਈਏ, ਪੜਿਆ ਕਰੋ ਕੁਝ ਹਿਸਟਰੀ ਨੂੰ ਪਤਾ ਲੱਗੇ। ਬਾਕੀ ਨਾ, ਕਿਉਂਕਿ ਚੋਣਾ ਹੁੰਦੀਆਂ ਉਹਦੀਆਂ ਵੱਡੀਆਂ ਵੱਡੀਆਂ ਨਾ ਸਲਵਾਰੇ ਦੀਆਂ, ਸ਼ਲਾਰਾ ਆਉਂਦੇ ਨੇ ਦੋ ਹੁੰਦੀਆਂ ਨੇ, ਇੱਕ ਚੋਣਾ ਹੁੰਦੀ ਹੈ, ਇੱਕ ਬਰੀਕ ਸਲਵਾਰ ਹੁੰਦੀ ਹੈ ਫਿਟਿੰਗ ਦੇ ਵਿੱਚ ਨਾ, ਅਸੀਂ ਪਜਾਮਾ ਸਮਝ ਕੇ ਪਾਉਂਦੇ ਹਾਂ ਪਜਾਮਾ, ਠੀਕ ਹੈ, ਤੇ ਉਹ ਅਫਗਾਨੀਆਂ ਨੇ ਬਚਣਾ ਸਿਖਾਇਆ। ਅੱਗੇ ਦੇਖਦੇ ਹਾਂ ਦੂਜਾ ਕਾਲ ਦਾ ਮਦਾਨ ਹੈ। ਉਹੀ ਗੱਲ ਉਹ ਗੱਲ ਦੇ ਜੀ ਬਚਾ ਸਕਦਾ ਸੀ ਕੀ ਖਾਨ ਹੈ, ਕੀ ਮੁਹੰਮਦ ਤੇ ਕੀ ਖਾਨ ਹੈ ਯਾਰ, ਕਿਆ ਬਾਤ ਹੈ ਮੂਸੇਵਾਲਾ ਬਾਈ ਸਲਿਊਟ ਯਾਰ। ਇੱਕ ਮਿੰਟ ਯਾਰ, ਸਿਰਫ ਐਸ ਜਿਹੜੀ ਪੋਇਟਰੀ ਐਸ ਜਿਹੜੀ ਲੈ ਦੇ ਵਿੱਚ ਇੱਕ ਗੱਲ ਦੀ ਸਮਝ ਨਹੀਂ ਆਈ, ਇਹਦੀ ਬੜਕ ਤੋਂ ਡਾਕਟਰ ਰਕਮ ਦੇ ਮੁਹੰਮਦ ਤੇ ਕੀ ਪਠਾਣ ਗਿਆ ਨਾ, ਕੀ ਮੁਹੰਮਦ ਤੇ ਕੀ ਖਾਨ, ਮੁਹੰਮਦ ਦੇ ਬਾਰੇ ਵਰਡ ਯੂਜ਼ ਹੋਇਆ ਸਾਡੇ ਮੁਸਲਿਮਸ ਦੇ ਵਿੱਚ, ਐਡੀ ਕੁ ਗੰਦੀ ਆਦਤ, ਤੇ ਰਿਸਰਚ ਨਹੀਂ ਕਰਦੇ ਤੇ ਫਟਾਫਟ ਲੜਨ ਪੈ ਜਾਂਦੇ ਨੇ।
मुहम्मद सल्लल्लाहु अलैहि वसल्लम साढ़े नबी का भी नाम सीगा, लेकिन ये जिहड़ी सी ना गल ये किसी या मुहम्मद बिन कासिम ते कीती गई या किसी मतलब अफगानिया दौर दे विच जिहड़ा ने पठान ओहदा नाम सी, मतलब जो भी सी ओहदे मुहम्मद दे नाम ओहदा नाम लिया भाई सूद ओहदे वास्ते मूसे वाले भाई ने यूज कीता। इनू कोई बंदा मतलब मुस्लिम जे को मेनू देखण दिया ते इनू कोई भी गलत ना लियो, ठीक है? अगर कंट्रोवर्सी जना मतलब करियो जी यार अखबार जरा छाया होया बल्ला 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 मुक गया यार, इस तरह सुनने के मुकना ही नहीं चाहिए। ये कि छोटा ही गाना नहीं, बहुत छोटा गाना दिता यार, या ते ए मूसे वाला दी अनकंप्लीट ते 17 सेकंड दा यार सॉन्ग है, हो सकदा है कि मूसा भाई नहीं है ओदी अनकंप्लीट रिकॉर्डिंग ओ दित्ती है, या हो सकदा ओनु ज्यादा किसे लंबे म्यूजिक च नहीं पाया, किसी लय दे विच पाया ना, ते मूसे वाले भाई जोंदे हुंदे ते इस तो गां भी लिखदे ते शायद को मिलदा। अज अज पता लगदा इस तरह के गाने का पता लग जाए कि यूथ जिन्होंने पहला नहीं ना नॉलेज हिस्ट्री का वो जान बुझ के फिर सर्च कर दी, जिम्मे बई एस भाई वाले सॉन्ग आए थे बलविंदर सिंह जटाणा, मतलब गल सुनी ना नहर दे जरे तो किसे मतलब सानू पता ही नहीं सी कि बलविंदर सिंह जटाणा कौन है, तो बई एस भाई वाले सॉन्ग आया वे उन्हें दसाया मतलब बलविंदर सिंह जटाणा तो साढ़े यूथ च कोई नहीं जानता, तो पूरी दुनिया ने मतलब सर्च किया हिस्ट्री पढ़ी वो कौन से बलविंदर सिंह जटाणा। बहुत अच्छी कोशिश ही मूसे भाई की हर बंद अपनी हिस्ट्री के नाल ही मतलब कि लेजेंड जो है सन साढ़े उन्होंने अटैच रखना। दूजी गल भाई मैं कहूंगा कि अज जिवें असी मतलब कि समझ गए ना मूसे वाले भाई नूं कड़ी गल कित्थों बोलदा, जिहड़े बंदे नहीं समझदे उही हेटर्स हुंदे हन, ठीक है? किसी वक्त च असी भी ना समझ सां, अज भाई ने गल की है जी कई मुहम्मद ते कई खान, ठीक है? ये गल अगर असी ना जानते भाई नूं ते सां उत्थे लैणी सी कि इहने ते साडे नबी दे खिलाफ गल करती, इहने ते उह गल करती, इस तरह कंट्रोवर्सी फैली। पहलियां गाणियां च वी लोकां ने इसे जी चीज़ का फायदा चक्किया, ਜਿਹੜੀ ਚੀਜ਼ ਉਹ ਕਿਤੇ ਹੋਰ ਕਹਿ ਰਿਹਾ ਹੁੰਦਾ ਸੀ ਉਹ ਚੀਜ਼ ਨੂੰ ਕੁਝ ਹੋਰ ਕਰਕੇ ਦਿਖਾਉਂਦੇ ਹੁੰਦੇ ਸੀ, ਬਿਲਕੁਲ ਠੀਕ ਹੈ। ਤੇ ਤਾਂ ਨਾਲੇ ਦੂਜੇ ਨੰਬਰ ਸ਼ਰਾਫਤ ਸ਼ਰਾਫਤ ਜਿਹੜੇ ਹੁੰਦੇ ਹਨ ਉਹ ਉਹੋ ਜਿਹੇ ਬੰਦਿਆਂ ਨਾਲ ਹੁੰਦੇ ਹਨ ਜਿਹੜੇ ਮਤਲਬ ਸਾਨੂੰ ਮਿਸ ਗਾਈਡ ਕਰ ਸਨ, ਗਾਈਡ ਜਿਹੜੇ ਕਰਦੇ ਸਨ ਉਹ ਕਿਸੇ ਉਲਟੇ ਤਰੀਕੇ ਦਾ ਕਰਦੇ ਸਨ, ਮਤਲਬ ਨਾ ਅਸੀਂ ਕਿਉਂਕਿ ਖਿਲਾਫ ਕਹਿੰਦੇ ਹਾਂ ਤਾਂ ਸਾਨੂੰ ਸਿੱਧੀ ਸਿੱਧੀ ਡਾਇਰੈਕਟ ਗਾਲ ਕਰਦੇ ਹਾਂ ਜੀ, ਇਹ ਕਿਸੇ ਨੇ ਦੱਸਿਆ ਕਿ ਬਾਈ ਗੱਲ ਕਿੱਧਰੋਂ ਕਰਨ ਡਿਆ ਹੈ, ਬਾਈ ਨੂੰ ਸਮਝ ਕੇ ਤੇ ਦੇਖੋ ਬਾਈ ਕੀ ਕਹਿਣਾ ਚਾਹ ਰਿਹਾ ਹੈ। ਅਸੀਂ ਵੀ ਇਸ ਚੀਜ਼ ਨੂੰ ਬਹੁਤ ਹੀ ਬੁਰੇ ਤਰੀਕੇ ਨਾਲ ਮੈਂ ਕਹਾਂਗਾ ਮਿਸ ਕੀਤਾ ਚਾਂਸ, ਬਿਲਕੁਲ ਕੋਈ ਸ਼ੱਕ ਨਹੀਂ, ਲੇਕਿਨ ਅੱਜ ਤੋਂ ਬਾਅਦ ਮੂਸੇ ਵਾਲਾ ਦਾ ਜਿਹੜਾ ਵੀ ਗਾਣਾ ਆਊਗਾ ਸਾਡੇ ਚੈਨਲ ਤੇ ਰਿਐਕਸ਼ਨ ਆ ਪਿਆ ਚੈਨਲ ਬੰਦ ਕਰ ਦਿਆਂ, ਵਾਹ ਮੂਸੇ ਵਾਲੇ ਦਾ ਗਾਣਾ ਸਭ ਤੋਂ ਪਹਿਲਾਂ ਚੁੱਕਿਆ ਕਰਾਂਗੇ, ਬਾਕੀ ਅੱਜ ਦੇ ਗਾਣੇ ਨੇ ਧੁਮਾ ਪਾਤੀਆਂ ਅੱਤ ਪਾਤੀ ਕੋਈ ਸ਼ੱਕ ਨਹੀਂ, 1 ਘੰਟੇ ਦੇ ਵਿੱਚ ਮਿਲੀਅਨ ਵਿਊ ਤੇ ਪੱਕੇ ਨੇ, ਮੈਨੂੰ ਉਮੀਦ ਹੈ ਬਿਲਬੋਰਡ ਤੇ ਜਾਊਗਾ ਯਾਰ, ਮਿਲੀਅਨ ਤੇ ਟੱਪ ਗਏ ਹੋਣੇ ਨੇ, ਬਸ ਬਿਲਬੋਰਡ ਦੇ ਉੱਤੇ ਗਾਣਾ ਪਹੁੰਚ ਹੀ ਪਹੁੰਚੂ। ਤੇ ਹੁਣ ਪਤਾ ਨਹੀਂ ਅਸੀਂ ਵੀਡੀਓ ਪਾ ਲੱਗੇ ਆ ਕਿੰਨੇ ਵਿਊ ਉਹਦੇ ਹੋ ਚੁੱਕੇ ਹੋਣਗੇ, ਲੇਕਿਨ ਫਿਲਹਾਲ ਜਿਹੜੇ ਨੇ 1 ਮਿਲੀਅਨ ਵਿਊ ਨੇ ਦੇਖਨੇ ਅੱਗੇ ਇਹਦੇ 2 ਮਿਲੀਅਨ 5 ਮਿਲੀਅਨ 7 ਮਿਲੀਅਨ ਹੁੰਦਿਆਂ ਨੂੰ ਸਾਡਾ ਕੋਈ 1 ਵੀ ਮਿਲੀਅਨ ਤੇ ਪਹੁੰਚਦਾ ਪਾਕਿਸਤਾਨ ਦੇ ਵਿੱਚੋਂ ਪਹਿਲਾ ਰਿਐਕਸ਼ਨ ਸਾਡਾ ਹੈ, ਔਰ ਦੇਖਦੇ ਹਾਂ ਕਿ ਸਾਡੇ ਪਰਲੇ ਵੀਰ ਸਾਡੇ ਇਸ ਰਿਐਕਸ਼ਨ ਨੂੰ ਕਿੰਨਾ ਪਿਆਰ ਦਿੰਦੇ ਨੇ, ਕਿੰਨਾ ਅੱਗੇ ਸ਼ੇਅਰ ਕਰਦੇ ਨੇ, ਵਾਹ ਜੀ ਵਾਹ। ਸਾਨੂੰ ਦਿਓ ਮਿੱਤਰੋ ਜ਼ਿਆਦਾ ਆਪਾਂ ਮਿਲਾਂਗੇ ਅਗਲੀ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ ਤੇ ਵੇਖਣਾ ਵਾਕਈ ਹਾਂ ਜਿਹੜੀ ਗੱਲ ਕੀ ਸੱਚੀ ਕੀ ਝੂਠ ਮਾਰੀ ਹੈ। ਅਸਲਾਮ ਵਾਲੇਕੁਮ।